ਨਮਸਕਾਰ ਸਤਿ ਸ੍ਰੀ ਅਕਾਲ ਵੀਰ ਜੀ। ਪਹਿਲਾਂ ਤੇ ਮਾਘੀ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਜਿਨ੍ਹਾਂ ਨੇ ਕੱਲ ਲੋਹੜੀ ਤੇ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕੀਤਾ ਉਹਨਾਂ ਨੂੰ ਹੋਰ ਢੇਰ ਸਾਰੀਆਂ ਵਧਾਈਆਂ, ਤੇ ਜਿਨ੍ਹਾਂ ਨੇ ਚਾਈਨਾ ਡੋਰ ਵਰਗਾ ਇਸਤੇਮਾਲ ਕੀਤਾ ਤੇ ਅੱਜ ਮਾਘੀ ਦੇ ਮੰਦਰ ਚਾਹੇ ਗੁਰਦੁਆਰਾ ਸਾਹਿਬ ਜਾਣ, ਮੈਨੂੰ ਨੀ ਲੱਗਦਾ ਉਹਨਾਂ ਲੋਕਾਂ ਦਾ ਕੁਝ ਬਣਨਾ। ਤੇ ਜਿਨ੍ਹਾਂ ਨੂੰ ਚੀਜ਼ਾਂ ਦਾ ਪਤਾ ਹੋਣ ਦੇ ਬਾਵਜੂਦ ਵੀ ਉਹ ਇਸ ਮਾੜੇ ਕਿਰਤ ਨੂੰ ਕੱਲ ਉਹਨਾਂ ਨੇ ਕੀਤਾ, ਕਿਉਂਕਿ ਸਾਰੀਆਂ ਗੁੱਡੀਆਂ ਕੱਲ ਮੈਂ ਵੇਖ ਰਿਹਾ ਸੀ ਚਾਈਨਾ ਡੋਰ ਤੋਂ ਹੀ ਉੱਡ ਰਹੀਆਂ। ਤੇ ਪਰ ਅੱਜ ਗੱਲ ਕਰ ਰਹੇ ਹਾਂ ਆਪਾਂ ਐਸੇ ਇੱਕ ਬੰਦੇ ਦੀ ਜਿਹੜਾ ਬਚਲਨ ਤੇ ਸੀ ਹੁਣ ਕਤਲ ਵੀ ਹੋ ਗਿਆ। ਗੱਲ ਕਰ ਰਹੇ ਬਾਬਾ ਰਾਮ ਰਹੀਮ ਜੀ, ਚਲੰਤ ਬਾਬਾ ਜੀ। ਜ਼ਿਆਦਾ ਤੇ ਇਹਨਾਂ ਬਾਰੇ ਗੱਲ ਕਰਾਂਗੇ ਕਿਉਂਕਿ ਕਈ ਨਿਊਜ਼ ਚੈਨਲਾਂ ਦੇ ਪ੍ਰਾਈਮ ਟਾਈਮ ਤੇ ਇਹਨਾਂ ਦੇ ਜੀਵਨ ਬਾਰੇ ਪ੍ਰਕਾਸ਼ ਪਾਇਆ ਗਿਆ। ਠੀਕ ਹੈ ਜੀ, ਰੇਪਿਸ ਤੇ ਪਹਿਲਾਂ ਹੀ ਹੈਗੇ ਸੀ ਤੇ ਹੁਣ ਕਤਲ ਵੀ ਅਨਾਊਂਸ ਹੋ ਗਏ ਨੇ। ਮੇਨ ਇਹ ਗੱਲ ਇਹਦੇ ਬਾਰੇ ਇੰਨੇ ਹੈ ਨਹੀਂ, ਇਹ ਸ਼ਖਸੀਅਤ ਇੱਦਾਂ ਦੀ ਹੈ ਨਹੀਂ ਆ ਕਿ ਮੈਂ ਇਹਨਾਂ ਦੇ ਉੱਤੇ ਬੋਲ ਕੇ ਟਾਈਮ ਵੇਸਟ ਕਰਾਂ। ਮੈਂ ਤੇ ਮੇਨ ਇਹ ਚਾਹੁੰਦਾ ਕਿ ਆਪਾਂ ਹੁਣ ਅੱਗੋਂ ਤਾਂ ਸੋਚੀਏ ਕਿ ਕੀ ਐਸੇ ਬਾਬੇ ਆਸੇ ਪਾਸੇ ਸਾਡੇ ਹੋਰ ਤੇ ਨਹੀਂ ਹੈਗੇ ਜਿਹੜੇ ਸਾਨੂੰ ਮੋਹ ਮਾਇਆ ਦੀਆਂ ਗੱਲਾਂ ਕਰਦੇ ਨੇ ਕਿ ਛੱਡ ਦੋ ਮੋਹ ਮਾਇਆ ਤੇ ਆਪ ਘੁੰਮਦੇ ਆ ਵੱਡੀਆਂ ਵੱਡੀਆਂ ਗੱਡੀਆਂ ਚ। ਠੀਕ ਹੈ ਨਾ ਜੀ, ਤੇ ਗੱਡੀਆਂ ਚ ਘੁੰਮਣ ਤੋਂ ਇਹਨਾਂ ਨੂੰ ਪ੍ਰੋਬਲਮ ਕੋਈ ਨਹੀਂ, ਬੜੇ ਬੜੇ ਰੀਜ਼ਨ ਦਿੰਦੇ ਨੇ, ਪਰ ਮੇਨ ਗੱਲ ਇਹ ਹੈਗੀ ਆ ਕਿ ਆਪਾਂ ਕੀ ਕਰਨਾ ਜਾਣਾ ਚਾਹੁੰਦੇ ਇਹਨਾਂ ਕੋਲ। ਸਾਡਾ ਕਿਹੜਾ ਮਨ ਜਿਹੜਾ ਵਾ ਉਹ ਇੰਨਾ ਚੰਚਲ ਹੋਇਆ ਪਿਆ, ਉਹ ਇੰਨਾ ਉਦਾਸੀਨ ਹੋਇਆ ਪਿਆ ਕਿ ਆਪਾਂ ਇਹਨਾਂ ਦੀਆਂ ਕਹਾਣੀਆਂ ਸੁਣਨ ਚੱਲੀ ਜਾ। ਤੇ ਕਹਾਣੀਆਂ ਸੁਣਨ ਜਾਣਾ ਤੇ ਉਹਦੇ ਚੱਕਰ ਕੀ ਹੈ ਜੀ? ਜਦੋਂ ਗੁਰੂ ਘਰ ਆਇਆ, ਸਾਨੂੰ ਸਭ ਨੂੰ ਕਹਿਤਾ ਕਿ ਗੁਰੂ ਗ੍ਰੰਥ ਸਾਹਿਬ ਜੀ 11ਵੇਂ ਗੁਰੂ ਨੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਣਿਓ ਗ੍ਰੰਥ, ਤੇ ਮੰਦਰਾਂ ਦੇ ਵਿੱਚ 33 ਕੋਟੀ ਦੇਵੀ ਦੇਵਤਾ ਨੇ, ਤੇ ਆਪਾਂ ਕਰਨ ਕੀ ਜਾਂਦੇ ਹਾਂ? ਆਪਾਂ ਮਤਲਬ ਇਹਨਾਂ ਦੇ ਸ਼ਿਕਾਰ ਹੋ ਜਾਂਦੇ ਹਾਂ, ਕੀ ਸਿੱਖਣਾ ਚਾਹੁੰਦੇ ਹਾਂ? ਮਤਲਬ ਸਿੱਖਣ ਤੋਂ ਹੋਰ ਕੁਛ ਸਿੱਖਣ ਦੀ ਲੋੜ ਹੈਗੀ ਹੈ? ਸਾਡੇ ਗੁਰੂ ਸਾਹਿਬਾਨਾਂ ਦੀ ਜੀਵਨੀ ਵੀ ਏਦਾਂ ਦੀ ਹੈ ਕਿ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਕਿਰਤ ਚ ਵਿਸ਼ਵਾਸ ਕਰਨਾ, ਠੀਕ ਹੈ ਨਾ ਜੀ, ਮਾੜੇ ਕਰਮ ਕਰਨੇ ਲਈ ਜਬਰ ਦੇ ਖਿਲਾਫ ਖੜੇ ਹੋਣਾ, ਠੀਕ ਹੈ ਨਾ ਜੀ, ਤੇ ਜਿਹੜਾ ਬੰਦਾ ਸਹੀ ਹੈ ਚਾਹੇ ਉਹ ਮਾੜਾ ਵਾ ਚਾਹੇ ਉਹ ਕੁਝ ਆ, ਮਾੜਾ ਮੀਨਸ ਤਾਕਤ ਵੱਲੋਂ, ਆਪਾਂ ਉਹਦਾ ਸਾਥ ਦੇਣਾ, ਦਸਵੰਧ ਕੱਢਣਾ ਚੰਗੇ ਕੰਮਾਂ ਲਈ। ਹੋਰ ਇਸ ਤੋਂ ਵੱਧ ਕੀ ਸਿੱਖਣਾ ਚਾਹੁੰਦੇ ਹਾਂ? ਫਿਰ ਸਾਡੀਆਂ ਬੀਬੀਆਂ ਜਿਹੜੀਆਂ ਨੇ, ਭੈਣਾਂ ਨੇ, ਇਹ ਜਾ ਕੇ ਉਹ ਬਾਬਿਆਂ ਦੇ ਅੱਗੇ ਚੱਲ ਜਾਂਦੀਆਂ, ਮੱਥੇ ਟੇਕਦੀਆਂ, ਵਿਅਕਤੀ ਪੂਜਾ ਤੇ ਵੈਸੇ ਸਿੱਖੀ ਚ ਜੀਵਿਤ ਵਿਅਕਤੀ ਦੀ ਇਸ ਟਾਈਮ ਕੋਈ ਅਲਾਊਡ ਨਹੀਂ ਹੈ। ਇਸੇ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਕਿ ਇਹਦੇ ਚ ਸਭ ਕੁਛ ਹੈ, ਸਭ ਤੱਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਸੇ ਤਰ੍ਹਾਂ ਹਿੰਦੂਆਂ ਨੂੰ ਕਹਿ ਰਹੇ ਹਾਂ ਕਿ ਬਈ ਗੀਤਾ ਦੇ ਵਿੱਚ ਸਭ ਕੁਛ ਨੇ, ਤੇ ਫਿਰ ਵੀ ਆਪਾਂ ਨੂੰ ਇਹ ਬਾਬਿਆਂ ਦੀ ਲੋੜ ਪੈਂਦੀ ਹੈ। ਮੀਨਸ ਕਿ ਸਾਡਾ ਮਨ ਕਿਤੋਂ ਨਾ ਕਿਤੋਂ ਭਟਕਦਾ ਵਾ ਤੇ ਆਪਾਂ ਸ਼ੜਯੰਤਰਕਾਰੀਆਂ ਦੇ ਹੱਥਾਂ ਚ ਆ ਜਾਂਦੇ ਹਾਂ, ਜਿੱਦਾਂ ਕਿ ਹੁਣ ਇਹ ਤੇ ਬੰਦਾ ਅੰਦਰ ਚਲ ਗਿਆ, ਪਰ ਕੀ ਸਿਰਸੇ ਚ ਖੱਟਰ ਸਾਹਿਬ ਨੇ ਇਹਨਾਂ ਦਾ ਪੂਰਾ ਐਮਪਾਇਰ ਸਮਰਾਜ ਜਿਹੜਾ ਬਣਾ ਕੇ ਬੈਠੇ ਜੀ? ਤੇ 10ਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹਨੇ ਚੋਲਾ ਪਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਰੈਮਬਲੈਂਸ ਦਿਖਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਉਹਨਾਂ ਦੇ ਨਹੂਆਂ ਦੇ ਬਰਾਬਰ ਨਹੀਂ ਗਾਏ। ਤੇ ਵੈਸੇ ਤੇ ਮੈਂ ਨਹੂਆਂ ਨੂੰ ਹੀ ਕਹਿ ਕੇ ਮੈਨੂੰ ਲੱਗਦਾ ਵਾ ਗਲਤ ਚੀਜ਼ ਹੈ, ਕਿਸੇ ਜੋਗਾ ਨੀ, ਇਹ ਪਤਾ ਨੀ ਸ਼ੈਤਾਨ ਦੇ ਇਨਸਾਨੀ ਜੂਣ ਜ਼ਰੂਰ ਮਿਲੀ ਹੈਗਾ, ਇਹ ਪੂਰਾ ਸ਼ੈਤਾਨ ਸੀ। ਤਾਂ ਪਰ ਏਦਾਂ ਦੇ ਸ਼ੈਤਾਨ ਹੋਰ ਹੈਗੇ ਆ, ਮੇਨ ਗੱਲ ਇਹ ਕਹਿਣ ਵਾਲੀ ਹੈ। ਤੇ ਨੰਬਰ 2, ਉਹਨਾਂ ਪਿਓ ਪੁੱਤ ਨੂੰ ਵੀ ਪੁੱਛਣਾ ਪੈਣਾ ਨਾ, ਜਿਹੜਾ ਮਾਲਵੇ ਦੇ ਵੋਟਾਂ ਦੇ ਚੱਕਰ ਚ ਇਹਨਾਂ ਦੇ ਚਰਨਾਂ ਚ ਜਾ ਕੇ ਬੈਠੇ, ਕਿਉਂ ਆਪਾਂ ਕਿੱਦਾਂ ਛੱਡ ਦਾਂਗੇ? ਦੇਖੋ ਨਾ, ਆਪਾਂ ਉਹਨਾਂ ਨੂੰ ਪਤਾ ਨੀ ਪੰਥ ਦਾ ਕੀ ਬਣਾ ਛੱਡਦੇ ਹਾਂ, ਤੇ ਜਦਕਿ ਉਹ ਬੰਦੇ ਜਿਹੜੇ ਨੇ ਉਹ ਵਿਅਕਤੀ ਪੂਜਾ ਦੇ ਵਿੱਚ ਸਿੱਖੀ ਦੇ ਸਿਧਾਂਤਾਂ ਨੂੰ, ਸਿੱਖੀ ਚਮਤਕਾਰ ਚ ਵਿਸ਼ਵਾਸ ਨਹੀਂ ਕਰਦੀ। ਜਿਹੜਾ ਕਹਿੰਦਾ ਨਾ ਉਹ ਸਿੱਖ ਹੈਗਾ ਨੀ ਕਿ ਚਮਤਕਾਰ ਨੂੰ ਨਮਸਕਾਰ ਹੈ, ਉਹਦਾ ਕਾਰਨ ਇਹ ਹੈਗਾ ਕਿ ਸਿੱਖੀ ਨਾ ਜੀਵੰਤ ਵਿਅਕਤੀ ਪੂਜਾ ਚ, ਸਿੱਖੀ ਸਿਧਾਂਤਾਂ ਦੀ ਆ। ਉਹ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਚ ਆਪਾਂ ਇੱਕ ਸਿਧਾਂਤ ਨੂੰ ਹੀ ਢਾਲ ਲੈਣਾ ਤੇ ਆਪਾਂ ਸੱਚੇ ਸਿੱਖ ਹੈਗੇ ਹਾਂ ਗੁਰੂ ਦੇ। ਤੇ ਪ੍ਰਿੰਸੀਪਲਸ ਦੀ ਸਿੱਖੀ ਹੈ, ਸਿਧਾਂਤਾਂ ਦੀ ਸਿੱਖੀ ਹੈ, ਉਹ ਸਿਧਾਂਤਾਂ ਨੂੰ ਆਪਾਂ ਮੰਨਣਾ, ਨਾ ਕਿ ਆਪਾਂ ਇਹਨਾਂ ਵਿਅਕਤੀਆਂ ਦੀਆਂ ਪੂਜਾ ਕਰਨ ਤੁਰ ਪੈਣਾ ਵਾ, ਆਪਾਂ ਗੁਰੂ ਘਰ ਤੇ ਹੀ ਕੀ ਰਹਿਣਾ। ਬਹੁਤ ਜ਼ਿਆਦਾ ਛਲਾਵੇ ਆਉਂਦੇ ਆ ਪੰਥ ਕਲਚਰ ਰੂੜੀਵਾਦ ਹਿੰਦੂਇਜ਼ਮ ਦੇ ਖਿਲਾਫ ਹੀ ਬਾਬਾ ਨਾਨਕ ਜੀ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਉਸ ਟਾਈਮ, ਜਿਹੜੀ ਜਾ ਕੇ ਬਾਅਦ ਚੋਂ ਦਸ਼ਮ ਪਿਤਾ ਜੀ ਨੇ ਸਿੱਖੀ ਦੀ ਸੰਰਚਨਾ ਕੀਤੀ, ਸਿੱਖਇਜ਼ਮ ਸਿੱਖ ਐਜ਼ ਏ ਰਿਲੀਜਨ ਸਾਹਮਣੇ ਆਇਆ। ਤਾਂ ਪਰ ਆਪਾਂ ਹੁਣ ਸਾਡਾ ਮਨ ਕਿਉਂ ਭਟਕ ਰਿਹਾ ਕਿ ਆਪਾਂ ਸ਼ੈਤਾਨੀ ਬਾਬਿਆਂ ਨੂੰ ਆਪਾਂ ਇਹਨਾਂ ਨੂੰ ਬਲੱਡ ਦਿੰਦੇ ਹਾਂ ਨਾ? ਕੋਈ ਸ਼ੈਤਾਨ ਕੋਈ ਵੈਂਪਾਇਰ ਜਦੋਂ ਖੜਾ ਹੁੰਦਾ, ਠੀਕ ਹੈ, ਜਿਹੜੇ ਚੰਗੇ ਬਾਬੇ ਆ ਫਿਰ ਉਹਨਾਂ ਨੂੰ ਵਧਾਈਆਂ ਜੀ, ਫਿਰ ਉਹਨਾਂ ਨੂੰ ਕਾਂਗਰੈਸ ਕਹਿਣਾ ਪੈਂਦਾ, ਕੀ ਕਰੀਏ, ਠੀਕ ਹੈ। ਚੰਗੇ ਲੱਭਦੇ ਬੜੇ ਘੱਟ ਨੇ, ਪਰ ਜਿਹੜੇ ਹੈਗੇ ਨੇ ਉਹਨਾਂ ਨੂੰ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ, ਤੇ ਸਮਾਜ ਲਈ ਕੁਝ ਕਰ ਰਹੇ ਨੇ। ਫਿਰ ਉਹਨਾਂ ਨੂੰ ਇਹੀ ਕਹੂੰਗਾ ਕਿ ਬਾਬੇ ਜੀ ਬਹੁਤ ਵਧੀਆ ਨੇ, ਤੇ ਇਹਨਾਂ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਕਿ ਪੰਜਾਬ ਚ ਜਿਹੜੀ ਚਿੱਟੇ ਨਸ਼ੇ ਦੀ ਨਸਲਕੁਸ਼ੀ ਹੋ ਰਹੀ ਆ, ਠੀਕ ਹੈ ਨਾ ਜੀ, ਸਾਨੂੰ ਧਿਆਨ ਭਟਕਾਉਣ ਲਈ ਜਾਤ ਪਾਤ ਧਰਮ ਧੁਰਮ ਦੇ ਚੱਕਰਾਂ ਚ ਪਾਇਆ ਜਾਂਦਾ, ਤੇ ਬਾਬੇ ਜਾਂ ਜੋ ਵੀ ਨੇ ਆਪਣੇ ਧਰਮ ਦੇ ਮੁੰਡੀ ਉਹ ਅੱਗੇ ਆ ਕੇ ਇਸ ਚੀਜ਼ ਦੀ, ਹਿੰਦੂ ਚਾਹੇ ਸਿੱਖ,
ਉਹ ਅੱਗੇ ਆ ਕੇ ਚਾਹੇ ਮੁਸਲਮਾਨ ਵੀਰ ਸਾਡੇ ਉਹ ਅੱਗੇ ਆ ਕੇ ਇਹ ਚੀਜ਼ ਨੂੰ ਅੱਗੇ ਕਰਨ ਤਾਂ ਕਿ ਪਾਣੀ ਦੀ ਮਹੱਤਤਾ ਦੱਸਣ, ਛੋਟੀ ਛੋਟੀ ਚੀਜ਼ਾਂ ਦੱਸਣ, ਜਲ ਕੀ ਹੈ, ਜਲ ਨੂੰ ਅੰਮ੍ਰਿਤ ਕਿਉਂ ਕਿਹਾ ਗਿਆ, ਠੀਕ ਹੈ ਨਾ ਜੀ, ਤੇ ਧਰਮ ਕੀ ਹੈ। ਧਰਮ ਜ਼ਰੂਰੀ ਨਹੀਂ ਹੈ ਕਿ ਆਪਾਂ ਧਰਮ ਦੀ ਵਿਆਖਿਆ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਹੀ ਕਰਨੀ ਹੈ, ਮਨੁੱਖ ਦੇ ਜੀਵਨ ਕਲਿਆਣ ਦੇ ਹਿਸਾਬ ਨਾਲ ਵੀ ਵਿਆਖਿਆ ਕਰੀਏ ਤਾਂ ਕਿ ਮਨੁੱਖ ਉਹਨੂੰ ਆਪਣੀ ਜ਼ਿੰਦਗੀ ਚ ਢਾਲੇ ਤੇ ਕੁਛ ਚੰਗੇ ਕਰਮ ਲੱਗੇ। ਆਪਾਂ ਤੇ ਵਿਅਕਤੀ ਪੂਜਾ ਚ ਆ ਗਏ ਆ, ਕਦੀ ਕੋਈ ਛੋਟੇ ਛੋਟੇ ਮਹੱਲੇ ਦੇ ਪ੍ਰਧਾਨ ਨੇ, ਕੋਈ MLA ਆ, ਕੋਈ MP, ਆਪਾਂ ਉਹਨਾਂ ਦੇ ਚੱਕਰਾਂ ਚ ਪੇ ਰਹਿੰਦੇ ਆ, ਮੈਨੂੰ ਮਤਲਬ ਆਪਾਂ ਨੂੰ ਕੁਛ ਖਾਸ ਸਮਝ ਲੱਗਦੀ ਨਹੀਂ ਆ ਕਿ ਆਪਾਂ ਕਿਹੜੀ ਕੌਮ ਨੂੰ ਬਿਲੋਂਗ ਕਰਦੇ ਸੀ, ਕਿੱਥੋਂ ਦੇ ਸਾਡਾ ਖੂਨ ਚ ਕਿਹੜਾ ਵਿਰਸਾ ਹੈਗਾ ਤੇ ਆਪਾਂ ਕਿਹੜੇ ਕੰਮਾਂ ਤੇ ਚੱਲ ਪਏ ਆ। ਠੀਕ ਹੈ, ਮੈਂ ਫਿਰ ਤੁਹਾਨੂੰ ਇਹੀ ਅਪੀਲ ਕਰਾਂਗਾ, ਵਿਅਕਤੀ ਪੂਜਾ ਤੋਂ ਹਟੋ, ਗੁਰੂ ਘਰ ਜਾਓ, ਮੰਦਰ ਜਾਓ, ਉੱਥੇ ਆਪਣਾ ਸ਼ਾਂਤੀ ਲਵੋ। ਮੈਨੂੰ ਪਤਾ ਜ਼ਿੰਦਗੀ ਚ ਪ੍ਰੋਬਲਮਾਂ ਬੜੀਆਂ, ਮਨ ਸਾਡੇ ਭਟਕਦੇ ਨੇ ਤੇ ਆਪਾਂ ਜਾਣੇ ਆ, ਪਰ ਇਹ ਸਾਡੇ ਜਾਣ ਦੇ ਚੱਕਰਾਂ ਚ ਹੁੰਦਾ ਕੀ ਆ ਕਿ ਏਦਾਂ ਦੇ ਬਾਬਾ ਰਾਮ ਰਹੀਮ ਵਰਗੇ ਢੋਂਗੀ ਜਿਹੜੇ ਉਹ ਖੜੇ ਹੋ ਜਾਂਦੇ ਆ, ਠੀਕ ਹੈ ਨਾ, ਤੇ ਏਦਾਂ ਦੇ ਪੋਲੀਟੀਸ਼ੀਅਨਾਂ ਨੂੰ ਵੀ ਜਵਾਬਦੇਹ ਬਣਾਓ ਜਿਹੜੇ ਜਾ ਕੇ ਇਹਨਾਂ ਦੇ ਪੈਰਾਂ ਚ ਬਹਿ ਜਾਂਦੇ ਨੇ, ਠੀਕ ਹੈ ਨਾ, ਤੇ ਆਪਣੇ ਫਿਰ ਸੈਲਫ ਤਨਖਈਆ ਲਾ ਲੈਂਦੇ ਨੇ ਆਪਣੇ ਤੇ, ਠੀਕ ਹੈ ਨਾ ਜੀ, ਨਾ ਮਤਲਬ ਰਾਜਾ ਵੀ ਹਮ, ਰੰਕ ਵੀ ਹਮ, ਨਿਆਏਦਾਰੀ ਵੀ ਹਮ, ਅਨਿਆਏ ਵੀ ਹਮ ਕਰੇਂਗੇ, ਨਿਆਏ ਤੁਸੀਂ ਨਹੀਂ ਕਰੋਗੇ, ਤਕੜੀ ਚ ਤੋਲਿਆ ਜਾਏਗਾ। ਤੇ ਮੈਂ ਫਿਰ ਤੁਹਾਨੂੰ ਇਹੀ ਅਪੀਲ ਕਰੂੰਗਾ ਵੀਰ ਜੀ ਕਿ ਆਪਾਂ ਧਾਰਮਿਕ ਹੋਈਏ ਸਿਧਾਂਤਾਂ ਦੇ ਹਿਸਾਬ ਦੇ ਨਾਲ, ਠੀਕ ਹੈ ਨਾ ਜੀ, ਤੇ ਛੋਟੀ ਛੋਟੀਆਂ ਚੀਜ਼ਾਂ ਮੈਂ ਆਪਣੀ ਜ਼ਿੰਦਗੀ ਚ ਲਿਆਈਏ, ਠੀਕ ਹੈ, ਬਸ ਉਹ ਦੇਖੋ ਦਸਵੰਧ ਕੱਢਣਾ ਵਾ ਉਹਦੇ ਲਈ, ਹੁਣ ਬਾਬਾ ਜੀ ਕੋਈ ਆ ਕੇ ਜਾਂ ਕੋਈ ਕੋਈ ਪੁਜਾਰੀ ਪੰਡਿਤ ਆ ਕੇ ਦੱਸੇਗਾ ਤੁਹਾਨੂੰ ਇਹ ਕੋਮਨ ਜੀ ਚੀਜ਼ ਦਾ ਆਪਣੀ ਕਮਾਈ ਦਾ ਕੁਝ ਹਿੱਸਾ ਦੱਸੇ ਬਿਨਾਂ ਦੱਸਣਾ, ਦੱਸੋ, ਰੋਲਾ ਵਾਲਾ ਪਾਓ ਪਰ ਕੱਢੋ, ਠੀਕ ਹੈ, ਤੇ ਉਹਨਾਂ ਲੋਕਾਂ ਦੇ ਕੰਮ ਆਓ ਜਿਹੜੇ ਵਿਚਾਰੇ ਜ਼ਰੂਰਤਮੰਦ ਨੇ ਅਸਲੀ, ਤੇ ਆਪਾਂ ਕਮਾ ਰਹੇ ਹਾਂ ਤੇ ਆਪਾਂ ਜੇ ਇੰਨੀ ਗਰੰਟਿਡ ਟੇਕਿੰਗ ਫੋਰ ਗਰੰਟਿਡ ਨਾ ਲਈਏ, ਕੁਝ ਨਾ ਕੁਝ ਉਹਨਾਂ ਲਈ ਕੱਢੀਏ, ਠੀਕ ਹੈ ਨਾ, ਜਿੱਥੇ ਜਾਤ ਪਾਤ ਵਰਗੀਆਂ ਚੀਜ਼ਾਂ ਚੋਂ ਨਿਕਲੀਏ। ਲੰਗਰ ਦੀ ਪ੍ਰਥਾ ਇਸੇ ਲਈ ਬਣਾਈ ਗਈ ਸੀ ਗੁਰੂ ਸਾਹਿਬਾਨ ਵੱਲੋਂ। ਤੇ ਮੈਂ ਬਾਕੀ ਜਿਹੜੇ ਇਸ ਤਰ੍ਹਾਂ ਦੀ ਕਿਸੇ ਗੱਲ ਦੇ ਨਾਲ ਕਿਸੇ ਦੀ ਧਾਰਮਿਕ ਭਾਵਨਾ ਕੋਈ ਆਹਤ ਹੋਈ ਹੋਵੇ, ਬਹੁਤ ਜਲਦੀ ਆਹਤ ਹੁੰਦੀ ਹੈ ਇਸ ਮੁਲਕ 'ਚ, ਤੇ ਉਹ ਮੈਂ ਫਿਰ ਉਹਨਾਂ ਤੋਂ ਗੁਸਤਾਖੀ ਮਾਫ਼ ਹੈ ਜੀ, ਮੈਂ ਹੱਥ ਜੋੜ ਕੇ ਬੇਨਤੀ ਔਰ ਮਾਫ਼ੀ ਮੰਗਦਾ ਉਹਨਾਂ ਤੋਂ। ਪਰ ਫਿਰ ਇਹੀ ਕਹੂੰਗਾ ਕਿ ਆਪਣੇ ਆਸੇ ਪਾਸੇ ਦੇਖੀਏ ਜਿਹੜੇ ਚੰਗੇ ਨੇ ਕਥਾਵਾਚਕ ਬਾਬਾ ਜੀ, ਚੰਗੀਆਂ ਗੱਲਾਂ ਕਰਦੇ, ਆਪਾਂ ਉਹਨਾਂ ਦੀ ਸੰਗਤ ਲਈਏ, ਉਹ ਸਤਸੰਗ ਕਰੀਏ, ਪਰ ਏਦਾਂ ਦਾ ਬੰਦੇ ਨੂੰ ਥੋੜਾ ਜਿਹਾ ਆਪਣੀ ਅੱਖਾਂ ਖੋਲ ਕੇ, ਮਸਤਿਸ਼ਕ ਦੇ ਦਿਮਾਗ ਦੇ ਦਰਵਾਜ਼ੇ ਖੋਲ ਕੇ, ਉਹਨਾਂ ਨੂੰ ਜਿਹੜੇ ਢੋਂਗੀ ਨੇ, ਹਾਲੇ ਵੀ ਢੋਂਗੀ ਹੈਗੇ ਨੇ, ਜਿਹਦੀ ਖ਼ਬਰ ਆ ਜਾਂਦੀ ਹੈ ਉਹ ਚੋਰ ਹੈ, ਜਿਹੜਾ ਨਹੀਂ ਉਹ ਕੀ ਕਹੀਏ ਹੁਣ, ਉਹ ਤੇ ਲੁਕਿਆ ਰਹਿ ਗਿਆ ਨਾ। ਤੇ ਮੇਨ ਤੇ ਸਰ ਇਹੀ ਕਹਿਣਾ ਚਾਹੂੰਗਾ ਕਿ ਮੰਦਰ ਗੁਰਦੁਆਰੇ ਤੱਕ ਆਪਣਾ ਨਿਤਨੇਮ ਕਰੋ, ਜਾਓ, ਠੀਕ ਹੈ ਨਾ, ਕਿਸੇ ਦੀ ਜਲਦੀ ਗੱਲਾਂ ਚ ਨਾ ਆਓ, ਮੋਹ ਮਾਇਆ ਇਹਨਾਂ ਨੇ ਤਿਆਗਣੀ ਨੀ, ਮੋਹ ਮਾਇਆ ਨਾ ਤੁਸੀਂ ਤਿਆਗ ਕੇ ਬਹਿ ਜਾਣਾ, ਤੁਹਾਡੇ ਕੋਲ ਤਿਆਗੀ ਜਾਣੀ ਆ, ਤੁਸੀਂ ਗੱਲਾਂ ਚ ਇਹਨਾਂ ਦੇ ਆ ਜਾਣਾ, ਮੋਹ ਇਹਨਾਂ ਨੂੰ ਦੇ ਜਾਣਾ, ਮਾਇਆ ਵੀ ਇਹਨਾਂ ਨੂੰ ਦੇ ਜਾਣੀ ਆ, ਤੇ ਨਥਿੰਗ ਕਮਸ ਫੋਰ ਫ੍ਰੀ ਨਾ, ਵੈਸੇ ਤੇ ਬਿਨਾਂ ਕੁਝ ਆਉਂਦਾ ਤੇ ਹੈ ਨੀ, ਠੀਕ ਹੈ, ਕਮਾਉਣਾ ਪੈਂਦਾ, ਪਰ ਕਮਾਓ, ਸਮਾਜ ਲਈ ਵੀ ਕਮਾਓ, ਆਪਣੇ ਘਰ ਲਈ ਵੀ ਕਮਾਓ, ਚੰਗਾ ਸੋਚੋ, ਜਬਰ ਦੇ ਖਿਲਾਫ਼ ਖੜਾ ਹੋਵੋ, ਜਿੱਥੇ ਗਲਤ ਹੈਗਾ ਉਹਨੂੰ ਗਲਤ ਕਹਿਣ ਦੀ ਹਿੰਮਤ ਰੱਖੋ, ਬਸ ਇਹੋ ਹੀ ਧਰਮ ਹੁੰਦਾ ਜੀ ਮੈਨੂੰ ਜਿੱਥੇ ਤੱਕ ਜਾਓ ਮੈਨੂੰ ਸਮਝ ਲੱਗਦੀ ਆ। ਤੇ ਅੱਜ ਲਈ ਸਰ ਇੰਨਾ ਹੀ ਆ, ਮਾਘੀ ਦੀਆਂ ਫੇਰ ਵਧਾਈਆਂ, ਤੇ ਸਟੇ ਸੇਫ ਜੀ, ਡਰਾਈਵ ਸੇਫ, ਤੇ ਵਸਦਾ ਖੁਸ਼ ਰਵੇ ਪੰਜਾਬ, ਤੇ ਤੁਸੀਂ ਵੀ ਚੰਗੀ ਸੋਚ ਰੱਖੋ, ਤੇ ਨਸ਼ਿਆਂ ਦੇ ਖਿਲਾਫ਼ ਬੋਲੋ ਆਪਣਾ, ਡਰੋ ਨਾ ਕਿਸੇ ਦੇ, ਕਿਸੇ ਛੋਟੇ ਮੋਟੇ ਬੰਦਿਆਂ ਕੋਲੋਂ ਡਰੋ, ਸਾਡੇ ਜਿਹੜਾ ਖੂਨ ਹੈ ਪਿਛਲਾ, ਜਿਹੜੇ ਸਾਡੇ ਗੁਰੂ ਸਾਹਿਬਾਨਾਂ ਦੇ ਆਪਾਂ ਬੱਚੇ ਹਾਂ, ਤੇ ਉਹ ਉਹਨਾਂ ਦੀ ਜੀਵਨ ਪੱਧਤੀ ਤੋਂ ਕੁਛ ਤੇ ਸਮਝੀਏ ਨਾ, ਡਰਨ ਦੀ ਕਿਤੋਂ ਲੋੜ ਨਹੀਂ ਹੈ, ਥੋੜਾ ਜਿਹਾ ਉੱਠੀਏ, ਇਹ 2% 1% ਬੰਦੇ ਸਾਨੂੰ ਡੋਮੀਨੇਟ ਕਰਦੇ ਆ, ਤੇ ਆਪਾਂ 98% 99% ਹੈਗੇ ਹਾਂ, ਏਕਤਾ ਚ ਬਲ ਹੈ, ਛੋਟੇ ਹੁੰਦੇ ਆ ਪੜ੍ਹਦੇ ਆਏ ਹਾਂ, ਉੱਠੀਏ, ਪੰਜਾਬ ਲਈ ਉੱਠੀਏ, ਲੋੜ ਹੈਗੀ ਹੈ। ਬਹੁਤ ਧੰਨਵਾਦ ਜੀ, ਸਟੇ ਸੇਫ, ਡਰਾਈਵ ਸੇਫ, ਗੱਡੀ ਵਾਲੇ ਧਿਆਨ ਨਾਲ, ਤੇ ਮੋਬਾਈਲ ਯੂਜ਼ ਨਹੀਂ ਜੇ ਕਰਨਾ।